सत श्री अकाल दोस्तों, प्रोग्राम की हाल है मेरे शहर दा, तुहाडा बहुत बहुत स्वागत है। अज 1 दसंबर 2021 वरा जाण वाला। वैसे तो दिवाली हुंदी है, दिवाली ते ना असी सफाइयां करनियां शुरू कर दिंदे आ वी जो साडे गंद पिल जो भी हुंदा इहदा वी लक्ष्मी आएगी, इस करके असी सफाइयां भी करदे। इसे बहाने घर की सफाई भी हो जाती, भावें कोई ऑफिस है भावें कोई दुकान है। तो उस ही ऑफिस मैं खड़ा बिजली दे जिदी मैं थोड़ी देर पहला तुहानू स्टोरी दिखाई सी, काम सारे आ साडे भरा बैठे ने, आ भैणा बैठियां धरने ला के, तो टाइम 11:05 होया। जदों स्टोरी बंद की तो भैणा ने कुछ ने कहा भी भाजी साढ़े ना इतने सफाई के इंतजाम है नहीं गए, इतने गंदा पानी बहुत आता है, सीवरेज के पानी रूम के जिते स्टाफ बैठा वो आता। तो मैंने लगा कि यार दिखा देना चाहिए, क्योंकि गंदगी दे विच कदी भी तुसीं तरक्की नहीं कर सकते, गंदगी दे विच लक्ष्मी का वास नहीं हुंदा। गंदगी बहुत माड़ी चीज़ है, डेंगू बीमारियां बहुत कुछ है। सो मैं एक बार तुहानूं दिखा दिया भी यह बिजली ऑफिस है, ये बाहर एक मिनट तुसीं कैमरामैन साहब नूं कहूंगा आ दिखायो आ हालात इत्थे कि ऑफिस दे विच एंटर आपां जदों करदे आ इन्नी गंदगी है। दूजे पासे जे तुसीं निगाह मारो इधर, चलो ठीक है ट्रांसफार्मर पे है, बट हालात जड़े ने तुसी वो शेड देखोगे ना वो टुट्टा पे है। तो ये भैन जी मेरे नाल सीगे, इन्होंने मैनू थोड़ा जिहा एक मिनट भैन जी आ जाओ, तुसी मैनू वो सारा जड़े अंदर दे हालात दिखाए ने, काइंडली मैनू ये भी दस दो आ जड़ा गंद पिया वे ये कदों का, या आ जड़ा सारा टुट्टा पे ये कदों कदों इदां दा चलदा आ रहा? ये मैनू मीनिंग इत्थे 8-9 महीने हो गए मीनिंग आई नू, तो मैं तो इदा ही देखती हाँ, कदे कुछ चक्या जाता फिर कुछ आ जाता है, इधर भी इदा ही है कदे कुछ चक्या जाता फिर आ जाता है। मैंने कदे असी धुप्पे भी बाहर खड़ना होंदा तां जगह नहीं होंदी इत्थे कदे भी। इन्हां च तुहानूं 8-9 महीने इन्हां तों पुराने तुहाडे तों सब तों ज़्यादा कौन ने? तुसीं पुराने आ जाओ प्लीज़। ये भैन साडी सब तों पुराने इत्थे है, तो आ जाओ जी कोई गल नहीं। अंदर हालात तुसी मैनूं दिखा सकदे हो कोई जणा? होर भी कहना चाहुंदी आ, हुण जदों पिछे डेंगू चलिया सी साडा सारे स्टाफ नूं डेंगू होया सीगा, सारे स्टाफ नूं डेंगू होया सारे। ਏ ਮੈਡਮ ਹਰ ਇੱਕ ਨੂੰ ਡੇਂਗੂ ਹੋਇਆ, ਮੀਨਿੰਗ ਸਾਰੇ ਸਟਾਫ ਮੈਂਬਰ ਨੂੰ ਇੱਕ ਇੱਕ ਕਰਕੇ ਸਾਰੇ ਛੁੱਟੀ ਤੇ ਗਏ, ਕਿਉਂਕਿ ਕੂਲਰਾਂ 'ਚ ਪਾਣੀ ਇੱਦਾਂ ਹੀ ਰਹਿੰਦਾ, ਅਸੀਂ ਖੁਦ ਪੈਸੇ ਦੇ ਕੇ ਉਹਨਾਂ ਨੂੰ ਮੀਨਿੰਗ ਸਾਫ਼ ਕਰਾਈਦਾ। ਬਟ ਤੁਹਾਨੂੰ ਉੱਥੇ ਦਿਖਾਵਾਂਗੇ, ਉੱਪਰ ਸ਼ੀਸ਼ੇ ਵੀ ਨਹੀਂ ਹੈਗੇ ਸਾਡੇ ਰੂਮ 'ਚ, ਤੁਹਾਨੂੰ ਮੈਂ ਪਹਿਲਾਂ ਲੈ ਕੇ ਗਈ ਸੀ ਜਿੱਥੇ, ਉੱਥੇ ਸ਼ੀਸ਼ੇ ਵੀ ਨਹੀਂ ਲੱਗੇ ਹੈਗੇ, ਠੰਡੀ ਹਵਾ ਆਉਂਦੀ ਆ ਅੰਦਰ। ਚਲੋ ਆਪਾਂ ਹੁਣ ਅੰਦਰ ਤੁਹਾਨੂੰ ਮੈਂ ਦਿਖਾ ਦਿਆਂ ਵੀ ਇਸ ਆਫਿਸ ਦੇ ਹਾਲਾਤ ਕੀ ਨੇ। ਆ ਜਾਓ, ਇਸ ਆਫਿਸ ਦੇ ਹਾਲਾਤ ਇਹ ਨੇ ਮੇਰੇ ਵੀਰ ਕਿ ਐਂਟਰ ਅਸੀਂ ਕਰਦੇ ਹਾਂ ਬਿਜਲੀ ਮਹਿਕਮਾ, ਇਹ ਵੇਖਿਓ ਇੱਕ ਮਿੰਟ ਸਫਾਈ ਦੇ ਇੰਤਜ਼ਾਮ, ਇਹ ਪਤਾ ਨਹੀਂ ਜਿਵੇਂ ਜੁਗੜਿਆਂ ਤੋਂ ਮਿੱਟੀ ਝਾੜੀ ਨਹੀਂ ਗਈ। ਆ ਹਾਲਾਤ ਇਹ ਆਫਿਸ ਨੇ ਯਾਰ, ਇਹ ਤੁਹਾਨੂੰ ਲੱਗਦਾ? ਇਹ ਦੇਖਿਓ ਪੌੜੀਆਂ ਇੱਧਰ, ਦੂਸਰੀ ਗੱਲ ਇੱਧਰ ਆ ਜਾਓ, ਇਹ ਬੜੀਆਂ ਨੋਰਮਲ ਗੱਲਾਂ ਨੇ ਨਾ, ਇੱਥੇ ਕੁਰਸੀ ਟੁੱਟੀ, ਇਹ ਵੀ ਮੈਂ ਤੁਹਾਨੂੰ ਦਿਖਾ ਦਿਆਂ। ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਵਾਂ ਵੀ ਆਹ ਇੱਕ ਰੂਮ ਹੈ, ਇਹਨਾਂ ਦੀਆਂ ਤੁਸੀਂ ਕੰਧਾਂ ਦੇਖ ਲਓ, ਇਹਨਾਂ ਦੇ ਤੁਸੀਂ ਹਾਲਾਤ ਦੇਖ ਲਓ, ਉਹ ਦੇਖੋ ਪੱਪੜੀਆਂ ਜੰਮੀਆਂ ਪਈਆਂ ਕਿਉਂਕਿ ਉੱਥੇ ਸ਼ੋਰਾ ਬਹੁਤ ਹੈ। ਉੱਥੇ ਤੁਹਾਨੂੰ ਮੈਂ ਦਿਖਾ ਦਿਆਂ ਕਿ ਇੱਥੇ ਸਲਾਬ ਬਹੁਤ ਹੈ। ਹੁਣ ਸਰਦੀ ਆ ਗਈ, ਸਰਦੀ ਦੇ ਵਿੱਚ ਹੁਣ ਤੁਹਾਨੂੰ ਮੈਂ ਇਹੀ ਦਿਖਾਉਣੇ ਨੇ ਕਿ ਇਹ ਕੀ ਦਫ਼ਤਰ ਇਦਾਂ ਦੇ ਹੁੰਦੇ ਨੇ। ਆਹ ਦੇਖ ਲਓ ਇਹ ਹਾਲਾਤ, ਇਹ ਸਾਡਾ ਸਿਸਟਮ ਦੇਖ ਲਓ ਤੁਸੀਂ, ਇੱਧਰੋਂ ਬਾਰੀਆਂ ਖੁੱਲੀਆਂ ਟੁੱਟੀਆਂ ਗੰਦਾ ਸਾਰਾ ਕੁਛ ਇੱਧਰ ਆਉਣਾ, ਜੋ ਗੰਦ ਪਿੱਲਾ ਹੈ ਨਾ ਬੋ ਇੱਥੇ ਆਉਣੀ ਹੈ। ਇਹ ਹਾਲਾਤ ਇਸ ਆਫਿਸ ਦੇ ਨੇ, ਸਰਕਾਰੀ ਆਫਿਸ ਬਿਜਲੀ ਮਹਿਕਮੇ ਵਾਲਾ, ਤੁਹਾਨੂੰ ਅੱਗੇ ਦਿਖਾਉਣਾ। ਚਲੋ ਦੇਖੋ ਇਸ, ਇਹਨਾਂ ਨੇ ਮੈਨੂੰ ਕਿਹਾ ਵੀ ਭਾਜੀ ਸਾਡੇ ਹਾਲਾਤ ਤੁਸੀਂ ਇੱਕ ਵਾਰੀ ਦਿਖਾ ਦਿਓ ਕੈਮਰੇ ਦੇ ਮਾਧਿਅਮ ਰਾਹੀਂ। ਇਹ ਆਫਿਸ ਹੈ ਜੀ, ਜਿਹੜੀਆਂ ਸਾਡੀਆਂ ਭੈਣਾਂ ਬਾਹਰ ਬੈਠੀਆਂ ਨੇ ਉਹਨਾਂ ਨੇ ਮੈਨੂੰ ਕੀ ਦਿਖਾਇਆ, ਆ ਆਹ ਦੇਖ ਲਓ ਤੁਸੀਂ, ਇਹ ਦੇਖ ਰਹੇ ਹੋ ਇਹ ਜਦੋਂ ਸਾਡੇ ਘਰ ਮੀਂਹ ਆਉਂਦਾ ਨਾ ਤੇ ਛੱਤਾਂ 'ਚ ਆਉਂਦੀਆਂ ਨੇ, ਜਦੋਂ ਛੱਤਾਂ 'ਚ ਆਉਂਦੀਆਂ ਤਾਂ ਫਿਰ ਅਸੀਂ ਇੱਦਾਂ ਭਾਂਡੇ ਰੱਖਦੇ ਹਾਂ। ਆਹ ਹਾਲਾਤ ਦੇਖੋ ਤੁਸੀਂ, ਉੱਪਰ ਨਿਗਾਹ ਮਾਰੋ, ਇਹ ਪਾਣੀ 'ਚ ਹੋ ਰਿਹਾ ਸਰ ਇੱਥੋਂ,
ਇਹ ਪਾਣੀ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਇੱਕ ਇੰਨਾ ਕੁਣੀ ਇੱਧਰ ਵੀ ਆ ਜਾਓ, ਇਹ ਨਿਗਾਹ ਮਾਰੋ ਸਰ, ਇੱਥੋਂ ਦੇਖ ਲਓ ਤੁਸੀਂ ਇਹ ਹਾਲਤ ਦੇਖ ਲਿਓ ਤੁਸੀਂ। ਇਹ ਇੰਨਾ ਹੀ ਨਹੀਂ, ਇਸ ਤੋਂ ਬਾਅਦ ਆਹ ਕੰਧ ਹੈ, ਆਹ ਸਾਰੀ ਛੱਤ। ਦੂਜਾ ਇਹ ਤੁਹਾਨੂੰ ਮੈਂ ਹਾਲਾਤ ਇਸ ਆਫਿਸ ਦੇ ਦਿਖਾ ਰਿਹਾ। ਆਹ ਦੇਖੋ, ਹੁਣ ਇੱਥੇ ਸਟਾਫ ਨੇ ਬਹਿਣਾ, ਸਟਾਫ ਨੇ ਬਹਿ ਕੇ ਕੰਮ ਕਰਨਾ। ਇਹ ਉਹ ਹੈ ਨਾ, ਇਹ ਉਹੀ ਟੇਬਲਸ ਨੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਨੇ ਧਰਨੇ 'ਤੇ, ਉਹਨਾਂ ਲੋਕਾਂ ਨੇ ਬਹਿ ਕੇ ਇੱਥੇ ਕੰਮ ਕਰਨਾ। ਬਟ ਸਰਦੀਆਂ ਆ ਗਈਆਂ, ਸ਼ੀਸ਼ੇ ਟੁੱਟੇ ਹੋਏ ਨੇ ਮੇਰੇ ਵੀਰ, ਗਰਮੀਆਂ 'ਚ ਚੱਲ ਜਾਂਦਾ ਠੀਕ, ਪਰ ਫਿਰ ਵੀ ਇਹ ਹਾਲਾਤ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਕਿੱਡੇ ਬੁਰੇ ਹਾਲਾਤ ਨੇ। ਇਹ ਦੂਸਰਾ ਆਪਾਂ ਇੱਧਰ ਆ ਜਾਈਏ, ਇੱਥੇ ਕੈਸ਼ੀਅਰ ਬੈਠਦੇ ਨੇ, ਬਟ ਹਾਲਾਤ ਇਹਨਾਂ ਦੇ ਕਮਰੇ ਦੇ ਵੀ ਤੁਸੀਂ ਦੇਖ ਲਓ ਜੇ, ਬੱਤਰ ਹਾਲਾਤ ਨੇ। ਇਹ ਐਕਸਕਿਊਜ਼ ਮੀ ਜੀ, ਕੀ ਨਾਮ ਤੁਹਾਡਾ? ਸਰ ਕੁਲਦੀਪ ਕੌਰ ਜੀ। ਕਿੰਨੀ ਦੇਰ ਤੋਂ ਉੱਥੇ ਜੋਬ ਕਰ ਰਹੇ ਹੋ? ਸਰ ਵੈਸੇ ਐਕਚੁਅਲੀ ਸਾਨੂੰ 13-13 ਸਾਲ ਹੋ ਗਏ ਜੀ ਇੱਥੇ ਬੈਠੇ ਨੂੰ। 13 ਸਾਲ, ਇਹ ਹਾਲਾਤ ਇੱਦਾਂ ਦੇ ਨੇ ਸਾਰੇ, ਮੈਂ ਦੇਖਿਆ ਸ਼ੀਸ਼ੇ ਟੁੱਟੇ ਨੇ, ਜਾਲੇ ਲੱਗੇ ਨੇ, ਤੁਹਾਡੀਆਂ ਛੱਤਾਂ ਚੋਰੀਆਂ ਨੇ। ਦੇਖੋ ਸਰਕਾਰੀ ਬਿਲਡਿੰਗਾਂ ਦਾ ਹਾਲ ਇਹੀ ਹੈ ਜੀ। ਇੱਕ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿੱਥੇ ਸਰਕਾਰੀ ਜੁੜ ਜਾਂਦਾ ਹੈਗਾ ਇਹਨਾਂ ਬਿਲਡਿੰਗਾਂ ਵੱਲ ਕਿਸੇ ਦਾ ਵੀ ਜੀ, ਜਦੋਂ ਬਾਰਿਸ਼ ਆ ਜਾਂਦੀ ਹੈ ਉਦੋਂ ਬਹੁਤ ਬੁਰਾ ਹਾਲ ਹੁੰਦਾ ਜੀ ਇੱਥੇ। ਅੱਛਾ, ਇਹ ਜਿਹੜਾ ਹੁਣ ਪਾਣੀ ਚੋ ਰਿਹਾ, ਇਹ ਉੱਪਰ ਕੀ ਹੈ? ਉੱਪਰ ਵਾਸ਼ਰੂਮ ਹੈ। ਮਾ ਸਦਕੇ, ਉਹ ਦੇਖੋ ਅਸੀਂ ਸਾਰੇ ਇੱਥੇ ਬੈਠਦੇ, ਵਾਸ਼ਰੂਮ ਦਾ ਲੀਕੇਜ ਹੁੰਦੀ ਹੈ ਨੀਚੇ, ਇੱਥੇ ਕੰਜ਼ੂਮਰ ਆਉਂਦੇ ਹੈਗੇ, ਇੱਥੇ ਅਸੀਂ ਬੈਠਦੇ, ਇੱਥੇ ਲੰਚ ਕਰਦੇ ਇਸ ਥਾਂ 'ਤੇ ਜੀ। ਐਡੀ ਬੋ ਦੇ ਵਿੱਚ ਬਹਿ ਜਾਂਦੇ ਹੋ ਤੁਸੀਂ? ਕੀ ਕਰੀਏ ਜੀ, ਬੈਠਣਾ ਮਜਬੂਰੀ ਹੈ ਹੁਣ, ਮੈਂ ਤਾਂ ਬੈਠਦੇ ਫਿਰ ਹੁਣ ਹੋਰ ਜਗ੍ਹਾ ਨਹੀਂ ਜਦੋਂ ਅਵੇਲੇਬਲ ਹੁੰਦੀ ਕਿਤੇ। ਬਹੁਤ ਵਾਰੀ ਕਹਿ ਚੁੱਕੇ ਹਾਂ ਜੀ, ਕੋਈ ਧਿਆਨ ਨਹੀਂ ਹੋਏਗਾ ਇਸ ਵੱਲ ਕਿਸੇ ਦਾ ਜੀ। ਮੈਂ ਇਸ ਗੱਲ 'ਤੇ ਹੈਰਾਨ ਹਾਂ ਵੀ ਤੁਸੀਂ ਧੰਨ ਨੇ ਯਾਰ, ਇਹ ਲੋਕ ਮਜਬੂਰੀਆਂ ਐਂ ਕਹਿ ਲਓ ਤੁਸੀਂ ਵੀ, ਬੜੀ ਵਾਰੀ ਕਹਿ ਤਾ। ਇਹ ਮੇਰੇ ਵੀ ਜਿਹੜਾ ਪਾਣੀ ਚੋ ਰਿਹਾ ਨਾ, ਇਹ ਵਾਸ਼ਰੂਮ ਦਾ, ਬਾਥਰੂਮ ਦਾ ਹੈ, ਐਂ ਕਹਿ ਲਓ ਤੁਸੀਂ। ਹੁਣ ਬਾਥਰੂਮ ਦਾ ਗੰਦਾ ਪਾਣੀ ਇੱਥੇ ਆਉਂਦਾ, ਆਹ ਦੇਖੋ ਇੱਕ ਇੱਥੇ ਡਸਟਬਿਨ ਰੱਖਿਆ, 3 ਪਹਿਲਾਂ ਇੱਥੇ ਰੱਖਿਆ। ਅਤੇ ਚਲੋ ਮੈਂ ਤੁਹਾਨੂੰ ਨਾ ਅੱਗੇ ਵੀ ਦਿਖਾ ਦੇਣਾ ਵੀ ਅੱਗੇ ਉੱਪਰ ਕੀ ਆ, ਉੱਥੇ ਵੀ ਆਪਾਂ ਚੱਲਦੇ ਹਾਂ ਇੱਕ ਵਾਰੀ, ਪਤਾ ਲੱਗੇ ਵੀ ਹਾਂ ਹੈ ਕੀ। ਆ ਜਾਓ ਚੱਲਦੇ ਹਾਂ, ਤੁਹਾਨੂੰ ਹਾਲਾਤ ਜਿਹੜੇ ਮੈਂ ਦਿਖਾ ਦਿਆਂ ਵੀ ਯਾਰ ਇੱਦਾਂ ਨਾ ਕਰੋ। ਮੇਰੇ ਵੀਰੇ ਬੰਦੇ ਨੇ ਆਖਰ ਜਿਨ੍ਹਾਂ ਨੇ ਕੰਮ ਕਰਨਾ। ਆ ਜਾਓ, ਬੰਦਿਆਂ ਨੂੰ ਆਪਾਂ ਬੰਦੇ ਸਮਝੀਏ ਵੀ ਹਾਂ। ਹੁਣ ਇਹਦੇ ਇੱਧਰ ਆ ਜਾਓ, ਇਹਨੂੰ ਕੌਣ ਆਫਿਸ ਕਹੂਗਾ? ਇਹਨੂੰ ਕੋਈ ਆਫਿਸ ਕਹਿ ਸਕਦਾ? ਇੱਕ ਕਬਾੜ ਖਾਨਾ, ਆਹ ਦੇਖਿਓ, ਆਹ ਦੇਖ ਲਓ, ਜਦੋਂ ਕਿ ਕੋਈ ਪਤਾ ਨਹੀਂ ਕਿਹੜੀ ਚੀਜ਼ ਕਿੱਥੇ ਕਿੱਥੇ, ਆਹ ਹਾਲ। ਫਿਰ ਇੱਧਰ ਦੇਖ ਲਓ, ਇਹ ਇੱਥੋਂ ਜੇ ਤੁਸੀਂ ਨਿਗਾਹ ਮਾਰੋਗੇ ਨਾ, ਇੱਥੋਂ ਸਾਰੇ ਉਤਲੇ ਸ਼ੀਸ਼ੇ ਟੁੱਟੇ ਹੋਏ ਨੇ, ਅਤੇ ਇੱਥੇ ਇਹ ਰਿਕਾਰਡ ਪਿਆ, ਅਤੇ ਰਿਕਾਰਡ ਹੈ ਜਿਹੜਾ ਇਹ ਬਾਈ ਜੀ, ਫਿਰ ਕਹਿ ਦੇਣਾ ਵੀ ਬਾਈ ਜੀ ਸਾਡੇ ਕੋਲ ਤਾਂ ਕੋਈ ਰਿਕਾਰਡ ਹੈ ਨਹੀਂ। ਆਹ ਦੇਖ ਲਓ, ਇਹ ਹਾਲਾਤ ਨੇ ਇੱਥੋਂ ਦੇ, ਇਸ ਆਫਿਸ ਦੇ, ਇੱਥੇ ਹੀ ਇਹ ਸਾਡੇ ਭਰਾ ਬੈਠ ਕੇ ਕੰਮ ਕਰਦੇ ਨੇ। ਮੈਨੂੰ ਲੱਗਦਾ ਇੱਥੇ ਸ਼ੀਸ਼ੇ ਵੀ ਹੈ ਨਹੀਂ, ਸ਼ਾਇਦ ਹੈ ਸ਼ੀਸ਼ੇ ਇੱਥੇ, ਸ਼ੀਸ਼ੇ। ਹੁਣ ਤੁਸੀਂ ਦੱਸੋ ਵੀ ਇੱਥੇ ਹੁਣ ਕੀ ਨਾਮ ਵੀਰ ਤੁਹਾਡਾ? ਮੇਰਾ ਨਾਮ ਅਰੁਣ ਹੈ ਜੀ। ਅਰੁਣ ਜੀ, ਹਾਂਜੀ ਅਰੁਣ ਜੀ, ਕਿੰਨੀ ਦੇਰ ਤੋਂ ਤੁਸੀਂ ਇੱਥੇ ਜੋਬ ਕਰ ਰਹੇ? ਮੈਂ ਜੀ 2015 ਦੇ ਵਿੱਚ ਜਦੋਂ ਥਰਮਲ ਬੰਦ ਹੋ ਗਿਆ ਸੀ, ਸਾਨੂੰ ਇੱਧਰ ਐਡਜਸਟ ਕੀਤਾ ਸੀਗਾ ਜੀ, ਠੇਕੇਦਾਰੀ ਥਰੂ, ਪੈਸਕੋ ਕੰਪਨੀ ਥਰੂ ਹੈ ਜੀ। ਓਕੇ, ਪੈਸਕੋ ਦੇ ਥਰੂ, ਹਾਂਜੀ। ਇਹ ਸ਼ੀਸ਼ੇ ਸ਼ੂਸ਼ੇ, ਇਹ ਗੰਦ, ਇਹ ਜਾਲੇ, ਇਹ ਸਾਰਾ ਕੁਛ ਉਦੋਂ ਦਾ ਹੀ? ਉਦੋਂ ਦਾ ਹੀ, ਜਦੋਂ ਆਏ ਆਈ ਹੈ, ਆਈ ਐਡਜਸਟ ਹੈ ਜੀ। ਬੈਠਣ 'ਚ ਪ੍ਰੋਬਲਮ ਨਹੀਂ ਆਉਂਦੀ? ਆਉਂਦੀ ਹੈ ਜੀ, ਪ੍ਰੋਬਲਮ ਤਾਂ ਆਉਂਦੀ ਹੈ ਜੀ। ਹੁਣ ਸਰਦੀਆਂ ਆ ਗਈਆਂ, ਆ ਸ਼ੀਸ਼ੇ ਟੁੱਟੇ ਨੇ ਸਰ, ਇਹ ਤਾਂ ਜਦੋਂ ਦੇ ਅਸੀਂ ਆਏ ਹਾਂ ਹੀ ਦੇਖ ਰਹੇ ਹਾਂ ਜੀ। ਮਾਂ ਨੇ ਕਹਿਣਾ ਵੀ ਪੁੱਤ ਮੇਰਾ ਕੰਮ 'ਤੇ ਗਿਆ, ਅਤੇ ਅੱਗੋਂ ਇਹ ਨਹੀਂ ਪਤਾ ਵੀ ਜਦੋਂ ਠੰਡੀਆਂ ਵਾਵਾਂ ਵੱਜੀਆਂ ਸਿਰਾਂ 'ਤੇ, ਅਤੇ ਜਦੋਂ ਪੁੱਤਰ ਬਿਮਾਰ ਹੋ ਗਏ, ਅਤੇ ਉਦੋਂ ਇਹ ਹਾਲਾਤ ਹੋਣੇ ਨੇ। ਇੱਥੇ ਇਹ ਕਾਹਦਾ ਆਫਿਸ ਹੈ? ਅੱਛਾ, ਮੈਂ ਐਕਸਕਿਊਜ਼ ਮੀ, ਮੈਂ ਆ ਸਕਦਾ ਸਰ? ਪਲੀਜ਼ ਚਲੋ, ਅਫਸਰ ਲੋਕ ਪੁੱਛ ਕੇ ਜਾਣਾ ਬਣਦਾ ਸਾਡਾ। ਨਹੀਂ ਨਹੀਂ, ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭ ਨਾਮ ਤੁਹਾਡਾ? ਫਲੇਲ ਸਿੰਘ ਪੱਟੀ। ਪੱਟੀ ਸਾਹਿਬ, ਮੈਂ ਕੀ ਨਹੀਂ, ਪਲੀਜ਼ ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਸੀ ਥੋੜ੍ਹੀ ਜੀ। ਆਪਾਂ ਵੈਸੇ ਤਾਂ ਧਰਨੇ ਦੀ ਖਬਰ ਮੈਂ ਕਰਨ ਆਇਆ ਸੀ, ਬਟ ਕੁਛ ਭੈਣਾਂ ਬੈਠੀਆਂ, ਕੁਛ ਭਰਾ ਬੈਠੇ,
उन्होंने दसिया भी साढ़े हालात जो ऑफिस के बहुत माड़े ने, जिते पानी का अरेजमेंट है नहीं, जिते ईवन के बाथरूम है जोड़ा वह पानी है जोड़ा थले रिसदा पाया, उन्होंने उत्थे बहना औखा, तुम्हें भी प्रॉब्लम आती होगी जो तुम गंद चो टप के आते हो, कहना थोड़ा वो सर ये भी ये ना सा जो सिविल का मेंटेनेंस विंग होंगे एक जी सर, जिमें साढ़े कोई इस तरह की पावर नहीं होंगी भी इसी की कोई मुरम्मत करा लीए, एक वक्रा विंग है जी सिविल मेंटेनेंस विंग, ये बिल्डिंग सरकारी है प्राइवेट होवे तो असं करवा दीए, ये उन्होंने एनुअल जिमें हों भी आप सालाना जी मुरम्मत करते कोई देखभाल उदों करते, हम सा जो कोई उन्होंने तालमेल किया क्योंकि जोड़े साढ़े रोहत मांसल जी वो छुट्टी पर गए है तो वो मैं एडिशनल है वो मतलब फोल्डी सोली है इंचार्ज जो इतों के कभी कभी सिविल डिपार्टमेंट वाले दसा नहीं भी यार असं यह जे माड़े हालात असं रह रहे इतने नहीं नहीं असी सर उन्होंने जिम्मे कोरसपोंडेंस भी करते हैं पर वो इस काम में इन्नी कुदरती है भी यह काम उन्होंने वास्ते वाला प्रायोरिटी वाला नहीं लगता उन्होंने लगता। हाँ ये देखो तुम ये देखो प्रायोरिटी जिस तरह भाजी होर ने गल की भी प्रायोरिटी वाला नहीं लगता यार, ये अफसर लोग हुण इत्थे बैठे ने, प्लीज़ थैंक यू, हुण ये लोग इत्थे बैठे ने यार काम करन आए ने एडिया एडिया पोस्टा तो जिस तरह इन्होंने कहा थले रोहित बांसल जी एस डी ओ साहब ने अडिशनल ने तो इन दे ऑफिस दे हाल देख लो, इन दे बाहर देख लो हालात किदा दे ने यार, सरकारी बंदे ने उन्हां दी कोई वैल्यू हुंदी है, एक प्रोटोकॉल नूं तां असीं रखीए ना, हुण आ तुसीं मैनूं दसो आ देखियो एक मिनट इधरों इधरों भी दिखा दिओ सर भी ये बिजली महकमे का ही दफ्तर है, ये इधर आ जाओ हूँ जो मैं थोड़ा बाथरूम दिखा रहा जो उन्होंने दसिया से ना भी बाथरूम है जी वो हूँ बाथरूम में दरवाजा देख लो ये आ हालात इनू इदा करके ये पिछे पूरा कबाड़ भरया पे ते इत्थे बाथरूम का एक बार दिखा दो शकल इन्हों भी ये बाथरूम है जी इतों का, इस करके मेरे वीर सरकारी दफ्तर के जोड़े साढ़े भैन भरा काम करते हैं उन्होंने असी इंसान ही समझिए, उन्होंने असी बंदे ही समझिए, साढ़े इंजीनियर साहब आप भी गल आ जाइए जी, चलो थैंक यू जी, तुसी मैं देख लिया की शुभना इकबाल सिंह एस जी ओ साहब मैं उही ये कहते हूँ मेरे बाथरूम का हाल भी देख लो, ये ब्रदर पहली गल तो स्यौंक लगी है देख लो एक बार ठीक है, सैकेंडली आ दरवाजा देख लो इन्हों का देखियो देख रहे हो एस डी ओ साहब का एस डी ओ साहब ना जी ये एस डी ओ साहब का कमरा आ बाथरूम देखियो, एडे बुरे हालात यार जे हुण सिविल वाले नूं इहदे ते ध्यान नहीं देना चाहिए, सिविल डिपार्टमेंट जिहड़ा इन्हों का है ये एडे बुरे हालात, मैं तो हैरान हाँ भी यार ये अफसर धन ने ये वर्कर धन ने जिहड़े बंदे तुसीं इत्थे कट रहे हो जी, तुम कदे भी क्या नहीं भी साड़ी जी इतने हालात भेजे सिविल लाइन सिविल लाने कितनी देर हो गई, ये मैं दो तीन महीने दो तीन लैटर भेज दे कोई सुनवाई नहीं, नो सिविल वालों ये पूछा जाए भी मेरे भी तुम रह सकते हो यह जे हालात कोई नहीं रह सकता, पर अगला कहता भी ठीक है यार नौकरी नौकर की तो नखरा की नहीं, थैंक यू जी पर ये हालात तुसी देख ले, मेरा काम यह सीगा कि मैं थोनों हालात दिखा दिया, काम करने इन्हां महकमा का काम हुंदा, मेरा काम इन्ना हुंदा कि मैं दस दिया भी मेरे वीर कित्थे कित्थे की उणताइयां ने, चंगी गल्लां भी मैं थोनों दिखा देना ना, सो इस करके बेनती अरजोई रिक्वेस्ट कि इन्हां नूं इंसानां दी जिंदगी च ही रखो, इन्हां लई भी सोच लो कुछ, बहुत बहुत धन्यवाद।